ਮੈਂ ਆਪਣੀ ਫਰਮਾਇਸ਼ ਲੋੜ ਨਹੀਂ ਦਿਲਾਂ ਦੀ ਮਰਜ਼ੀ ਤੁਹਾਡੀ। ਰੋਡਵੇਜ਼ ਦੀ ਲਾੜੀ ਵੀ ਹੈ ਭਾਈ ਜੀਤ ਗੋਲਿਆਂ ਵਾਲੀ ਹੈ ਅਤੇ ਉਹ ਪਿੱਛੇ ਸਾਡੇ ਦੋਸਤ ਆਏ ਨੇ ਕੋਟ ਕਪੂਰੇ ਤੋਂ। ਮਿਰਜ਼ੇ ਦੀ ਫਰਮਾਇਸ਼ ਹੈ, ਮਿਰਜ਼ਾ ਵੀ ਇਸ ਤੋਂ ਬਾਅਦ ਪੇਸ਼ ਕਰਾਂਗਾ। ਬਹੁਤ ਸਨਮਾਨ ਵੀ ਕਰਦੇ ਆ ਫਰਮਾਇਸ਼ ਵਾਲੇ ਜੱਜ ਸਾਹਿਬ। ਥੈਂਕ ਯੂ। ਰੋਡਵੇਜ਼ ਦੀ ਲਾੜੀ ਤੁਹਾਡੀ ਨਜ਼ਰ ਕਰਨ ਲੱਗਾ, ਇਹ ਰੋਡਵੇਜ਼ ਦੀ ਲਾੜੀ, ਉਹ ਰੋਡਵੇਜ਼ ਦੀ ਲਾੜੀ ਹੈ। ਜਿੰਨਾ ਸੁਣੋਗੇ ਓਨਾ ਮਜ਼ਾ ਆਏਗਾ। ਵੈਸੇ ਤਾਂ ਆਲਰੇਡੀ ਬਹੁਤ ਫਨ ਕਰ ਰਹੇ ਹੋ, ਤੁਸੀਂ ਪੀ ਵੀ ਰਹੇ ਹੋ, ਚਿਹਰੇ ਤੇ ਨਿਰਾਨੀ ਵੀ ਆ ਗਈ ਹੈ, ਪਰ ਬੜੀ ਰਹਿਮਤ ਕਿਰਪਾ ਹੈ ਵਾਹਿਗੁਰੂ ਦੀ ਸੱਜੇ ਪਾਤਸ਼ਾਹ ਜੀ ਕੇ, ਬੜੇ ਸਕੂਨ ਨਾਲ ਸ਼ਾਂਤੀ ਨਾਲ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਜੀਤ ਗੋਲਿਆਂ ਦਾ ਲਾਜ ਸ਼ਿਖਰ ਤੇ ਯੋਧਾ ਬਾਈ ਕੋਟ ਕਪੂਰੇ ਤੋਂ ਬਹੁਤ ਸਨਮਾਨ ਕਰਦੇ ਹੈ, ਉਹਦੀ ਹੀ ਫਰਮਾਇਸ਼ ਕਰਦੇ ਕਹਿੰਦੇ ਰੋਡਵੇਜ਼ ਦੀ ਲਾੜੀ, ਉਹ ਰੋਡਵੇਜ਼ ਦੀ ਲਾੜੀ ਹੈ। ਜਿਸ ਰੋਡਵੇਜ਼ ਦੀ ਲਾੜੀ ਦੇ ਵਿੱਚ ਮੈਂ ਬਹਿ ਕੇ ਕੈਨੇਡਾ, ਅਮਰੀਕਾ, ਜਰਮਨ, ਇੰਗਲੈਂਡ, ਕਵੈਤ, ਦੁਬਈ, ਮਸਕਟ, ਦਾਰੀਨ, ਆਸਟ੍ਰੇਲੀਆ, ਆਸਟ੍ਰੇਲੀਆ, ਨਾਰਵੇ, ਡੈਨਮਾਰਕ, ਸਵੀਡਨ, ਪੰਜ ਪੰਜ ਛੇ ਛੇ ਵਾਰੀ ਸੱਤ ਸੱਤ ਵਾਰੀ ਜਾਇਆ ਉਸ ਰੋਡਵੇਜ਼ ਦੀ ਲਾੜੀ ਦੇ ਵਿੱਚ ਬੈਠਦੇ, ਕਿਉਂਕਿ ਮੇਰੀ ਗਾਇਕੀ ਦਾ ਜੀਵਨ ਉਸ ਰੋਡਵੇਜ਼ ਦੀ ਲਾੜੀ ਤੋਂ ਸ਼ੁਰੂ ਹੋਇਆ ਸੀ। ਜਿਹੜੀ ਤੁਸੀਂ ਟੀਵੀ ਤੇ ਕੱਚ ਦੀਆਂ ਮੁੰਦਰਾਂ, ਰੌਣ ਸੁਨੇਲਾ, ਲਹਿਰਾ ਤੇ ਪੰਜਾਬੀ ਫਿਲਮ ਤੁਣਕਾ ਪਿਆਰ ਦਾ ਦੇ ਵਿੱਚ ਸੁਣਦੇ ਹੋ, ਉਹ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀ। ਉਹ ਤੁਸੀਂ ਨਜ਼ਰ ਕਬੂਲ ਕੀਤਾ ਉਸ ਆਈਟਮ ਨੂੰ, ਅੱਜ ਮੈਂ ਤੁਹਾਡੀ ਨਜ਼ਰ ਫੇਰ ਕਰਨ ਲੱਗਾ। ਸਾਰਿਆਂ ਨੇ ਸੁਣੀ ਹੋਈ ਹੈ ਤੁਸੀਂ ਵੈਸੇ ਤਾਂ, ਪਰ ਫਿਰ ਵੀ ਮੈਂ ਦੱਸ ਦੇਵਾਂ ਕਿ ਇੱਕ ਸਟੇਜ ਤੇ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੇ ਮਸ਼ਹੂਰ ਮਾਰੂਫ ਕਲਾਕਾਰ ਆਏ ਨੇ, ਜਿਨ੍ਹਾਂ ਦੇ ਵਿੱਚ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕਰਤਾਰ ਰੌਲਾ, ਲਾਲ ਚੰਦ, ਯਮਲਾ ਜੱਟ ਤੇ ਗੁਰਦਾਸ ਮਾਨ। ਇਹਨਾਂ ਨੂੰ ਲੋਕ ਫਰਮਾਇਸ਼ ਕਰਦੇ ਨੇ ਕਿ ਇੱਕ ਪਿੱਛੇ ਜੇ ਬਾਈ ਮੁਹੰਮਦ ਸਦੀਕ ਦਾ ਗੀਤ ਆਇਆ ਸੀ ਡਿਊਟ ਸੌਂਗ, ਰਿਪੀਟ ਕਰ, ਆ ਗਈ ਰੋਡਵੇਜ਼ ਦੀ ਲਾੜੀ, ਨਾ ਕੋਈ ਸ਼ੀਸ਼ਾ ਨਾ ਕੋਈ ਬਰਫ। ਬਾਈ ਜੀ, ਜੇ ਤੁਸੀਂ ਏਦਾਂ ਗੱਲਾਂ ਕਰਦੇ ਰਹੇ ਮੈਂ ਐਵੇਂ ਗਾਉਂਦਾ ਰਿਹਾ, ਤੁਹਾਡਾ ਜਾਣਾ ਕੱਖ ਨਹੀਂ, ਮੇਰਾ ਰਹਿਣਾ ਕੱਖ ਨਹੀਂ। ਬੇਨਤੀ ਹੈ ਜਿੰਨੀ ਇੰਨੀ ਦੇਰ ਤੋਂ ਤੁਸੀਂ ਘੰਟੇ ਤੋਂ ਸੁਣ ਰਹੇ ਹੋ, ਹੋਰ ਵੀ ਕਿਉਂਕਿ ਸਰੋਤੇ ਵਧੀਆ ਮਿਲ ਜਾਣ ਤਾਂ ਸਾਡਾ ਵੀ ਮੂਡ ਬਣ ਜਾਂਦਾ ਗਾਉਣ ਦਾ, ਨਹੀਂ ਤਾਂ ਪੈਸੇ ਤਾਂ ਅਸੀਂ ਪਹਿਲਾਂ ਲਏ ਹੁੰਦੇ ਆ, ਫਿਰ ਜਿਹੋ ਜਿਹੇ ਮਰਨ ਵਾਲੇ, ਉਹ ਜਿਹੇ ਚੱਕਣ ਵਾਲੇ, ਜਿਹੋ ਜਿਹੇ ਨੰਦੋ ਬਾਹਮਣੇ, ਉਹ ਜਿਹਾ ਕੋਈ ਦੂਜੇ, ਉਹੋ ਜਿਹੇ ਕੰਮ ਕਰਕੇ ਅਸੀਂ ਤੁਰ ਜਾਈਦਾ। ਫਿਰ ਗਾ ਕੇ ਤੁਸੀਂ ਸੁਣ ਰਹੇ ਹੋ ਤਾਂ ਮਜ਼ਾ ਆ ਰਿਹਾ, ਇੰਜੋਏ ਕਰ ਰਹੇ ਹੋ, ਅਸੀਂ ਵੀ ਇੰਜੋਏ ਕਰ ਰਹੇ ਹਾਂ ਨਾਲ। ਅਤੇ ਉੱਦਾਂ ਵਿਆਹਾਂ ਸ਼ਾਦੀਆਂ 'ਚ ਰੋਡਵੇਜ਼ ਦੀ ਲਾੜੀ ਨੂੰ ਘੱਟ ਹੀ ਗਾਉਣਾ ਪੈਂਦਾ, ਕਿਉਂਕਿ ਧੂਤਗੜਾ ਤਾਂ ਪੈਂਦਾ ਹੁੰਦਾ, ਇੱਕ ਦੂਜੇ ਦੀ ਗੱਲ ਨਹੀਂ ਸੁਣਨੀ, ਉਦੋਂ ਪਤਾ ਨਹੀਂ ਲੱਗਦਾ ਧੰਨਾ ਕਿਹਦਾ ਮਾਸੜ ਹੈ। ਅਤੇ ਅੱਜ ਸਕੂਨ ਬਾਸਕੂਨ ਪੀਸਫੁਲੀ ਪ੍ਰੋਗਰਾਮ ਹੈ, ਇਸ ਕਰਕੇ ਮਜ਼ਾ ਆ ਰਿਹਾ ਤੁਹਾਨੂੰ ਸੁਣਾਉਣ ਦਾ। ਰੋਡਵੇਜ਼ ਦੀ ਲਾੜੀ ਫਰਮਾਇਸ਼ ਕਰਦੇ ਨੇ ਲੋਕ ਵੀ, ਜਿੰਨੇ ਤੁਸੀਂ ਕਲਾਕਾਰ ਆਏ ਹੋਏ ਹੋ, ਬਾਈ ਮਾਣਕ, ਬਾਈ ਛਿੰਦਾ ਤੇ ਬਾਈ ਮੁਹੰਮਦ ਸਦੀਕ, ਰਮਲਾ, ਲਾਲ ਚੰਦ, ਯਮਲਾ ਜੱਟ ਤੇ ਗੁਰਦਾਸ ਮਾਨ, ਤੁਸੀਂ ਸਾਰੇ ਆਪਣੇ ਆਪਣੇ ਤਰੀਕੇ ਨਾਲ, ਆਪਣੇ ਆਪਣੇ ਲਹਿਜੇ ਨਾਲ ਰੋਡਵੇਜ਼ ਦੀ ਲਾੜੀ ਸੁਣਾਓ। ਵਕਤ ਪੈ ਗਿਆ, ਗੀਤ ਇੱਕੋ ਹੀ ਹੈ, ਕਲਾਕਾਰ ਨੇ ਅੱਠ ਕਿਵੇਂ ਗਾਉਣਗੇ ਮੈਂ ਦੱਸਾਂ। ਸਭ ਤੋਂ ਪਹਿਲਾਂ ਆ ਰਿਹਾ ਬਾਈ ਛਿੰਦਾ, ਜਿੱਥੇ ਤੁਸੀਂ ਉਹਨਾਂ ਦੀ ਆਵਾਜ਼ ਮੇਰੀ ਆਵਾਜ਼ ਦੇ ਵਿੱਚ ਸੁਣਦੇ ਹੋ, ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦਾ ਸਟੇਜ ਦਾ ਜੋ ਤੁਸੀਂ ਸਾਰਿਆਂ ਨੇ ਵੇਖਿਆ ਹੋਇਆ,
ਵੀ ਉਹ ਸਟੇਜ ਤੇ ਵੀ ਕਿਵੇਂ ਗਾਉਂਦੇ ਆ ਜਿਹੜਾ ਗੌਰ ਫਰਮਾਉਣਾ। ਸਭ ਤੋਂ ਪਹਿਲਾਂ ਆ ਰਿਹਾ ਬਾਈ ਵਰਿੰਦਰ ਛਿੰਦਾ। ਲਓ ਬਾਈ ਜੀ ਰੋੜ ਗਈ ਦੀ ਲਾਈ ਪੇਸ਼ ਕਰਨ ਲੱਗਾ ਜਿਹੜਾ ਧਿਆਨ ਦੇਣਾ ਜੀ ਸੁਰਿੰਦਰ ਛਿੰਦਾ। ਇਹਨਾਂ ਤੋਂ ਬਾਅਦ ਜੇ ਚੰਗਾ ਲੱਗੇ ਤਾੜੀ ਮਾਰ ਦਿਆ ਕਰੋ ਬਾਅਦ ਤੋਂ। ਥੈਂਕ ਯੂ। ਇਹਦੇ ਨਾਲ ਤੁਹਾਡਾ ਜਾਣਾ ਕੱਖ ਨਹੀਂ, ਮੇਰਾ ਮਾਣ ਵਹਿ ਜੂਗਾ। ਤੇ ਇਹ ਤੋਂ ਬਾਅਦ ਵਾਰੀ ਆਉਂਦੀ ਹੈ ਕੁਲਦੀਪ ਮਾਣਕ। ਮਾਣਕ ਦਾ ਜ਼ਿਲ੍ਹਾ ਬਠਿੰਡਾ, ਜ਼ਿਲ੍ਹੇ ਬਠਿੰਡੇ ਦੀ ਬੋਲੀ ਬੜੀ ਮਿੱਠੀ ਹੈ, ਮੈਨੂੰ ਬੜੀ ਪਸੰਦ ਹੈ, ਸਵੀਟ ਲੈਂਗੁਏਜ। ਉਹ ਕੀ ਕਹਿੰਦੇ ਆ ਗੌਰ ਫਰਮਾਉਣਾ ਇੱਕ ਗੱਲ ਕਹਾਂ ਮਿੱਤਰੋ, ਵੀ ਗੱਲ ਆ ਕਿ ਪਹਿਲਾਂ ਮੈਂ ਕਿਸਾ ਗੀਤ ਨਹੀਂ ਗਾਉਂਦਾ। ਆਹ ਸਾਹਮਣੇ ਬੈਠਾ ਮੇਰੀ ਭੂਆ ਦਾ ਪੁੱਤ ਮੈਨੂੰ ਕਹੀ ਜਾਂਦਾ ਰੋਡ ਵਜਦੀ ਲਾਰੀ ਗੱਲ ਗਾਉਣ ਡਿਆ, ਧਿਆਨ ਦੇ। ਇਹਨਾਂ ਤੋਂ ਬਾਅਦ ਬਾਈ ਕਰਤਾਰ ਰਮਲਾ, ਤੁਹਾਡੇ ਡਿਸਟ੍ਰਿਕਟ ਦਾ ਕਲਾਕਾਰ ਰਮਲਾ, ਰੋਡਵੇਜ ਦੀ ਲਾੜੀ ਨੂੰ ਕਿਵੇਂ ਕਹਾਉਂਦੇ ਤੇਰਾ ਗੌਰ ਫਰਮਾਉਣਾ। ਇਹਨਾਂ ਤੋਂ ਬਾਅਦ ਵਾਰੀ ਆਉਂਦੀ ਬਾਈ ਮੁਹੰਮਦ ਸਦੀਕ ਦੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਛਿੱਟ ਛਿੱਟ ਲਾਈ ਹੋਈ ਹੈ, ਸੋਹਣੇ ਲੱਗਦੇ ਹੋ, ਗੁਲਾਬੀ ਜੇ ਲੱਗਦੇ ਹੋ। ਕਈਆਂ ਬੰਦਿਆਂ ਨੂੰ ਆਦਤ ਹੁੰਦੀ ਹੈ ਕਿ ਜਦੋਂ ਤੱਕ ਪੀ ਕੇ ਕੁੱਟ ਨਾ ਖਾ ਲੈਣ, ਉਹਨਾਂ ਦੇ ਹਜ਼ਮ ਨਹੀਂ ਹੁੰਦੀ, ਉਹਨਾਂ ਨੇ ਕੁੱਟ ਖਾਣੀ ਹੁੰਦੀ ਹੈ, ਜਿਵੇਂ ਮਰਜ਼ੀ ਖਾ ਲੈਣ। ਤੇ ਏਦਾਂ ਦਾ ਬਾਈ ਸ਼ਰਾਬੀ ਮੁਹੰਮਦ ਸਦੀਕ ਨੂੰ ਕਹਿੰਦਾ ਬਾਈ, ਕਹਿੰਦਾ ਹਾਂ ਤੂੰ ਮੇਰਾ ਬਾਈ,
ਮੈਂ ਤੇਰਾ ਭਾਈ। ਕਹਿੰਦਾ ਠੀਕ ਹੈ। ਓਏ ਨਹੀਂ, ਤੇਰੀ ਵਹੁਟੀ ਮੇਰੀ ਵਹੁਟੀ, ਜਿਹੜੀ ਮੇਰੀ ਵਹੁਟੀ ਉਹ ਮੇਰੀ ਵਹੁਟੀ। ਕਹਿੰਦਾ ਬੱਲਾ ਕਰ ਲੂ ਸਿਆਣਿਆ, ਜੇ ਬਾਈ ਸ਼ਰਾਬੀ ਨੂੰ ਕਿਸੇ ਨੂੰ ਕਹਿ ਵੀ ਦੇਵੇ ਬਾਈ ਪੀਆ ਨਾ ਕਰੋ, ਬੜੀ ਮਾੜੀ ਚੀਜ਼ ਹੈ, ਉੱਤੇ ਲਿਖਿਆ ਕਿ ਸਿਹਤ ਲਈ ਹਾਨੀਕਾਰਕ ਹੈ, ਫਿਰ ਅੱਗੋਂ ਪਤਾ ਕੀ ਜਵਾਬ ਦਿੰਦੇ ਆ, ਓਏ ਬਾਈ ਅਸੀਂ ਕਿਹੜਾ ਰੋਜ਼ ਪੀਂਦੇ ਹਾਂ, ਅਸੀਂ ਤਾਂ ਉਦੋਂ ਪੀਂਦੇ ਹਾਂ ਜਿੱਦੇ ਕੋਈ ਆ ਗਿਆ ਹੁੰਦਾ, ਤੇ ਆ ਜਾਂਦਾ ਦੁੱਖ ਨਾਲ ਰੋਜ਼ ਹੀ ਰਹਿੰਦਾ ਸਾਡੇ, ਤੇ ਅਸੀਂ ਚਾਲੂ ਪੀ ਕੇ ਆਊਟ ਨਹੀਂ ਹੁੰਦੇ, ਆਊਟ ਆਫ ਸੈਂਸ ਨਹੀਂ ਹੁੰਦੀ। ਜੇ ਗਿਰ ਜਾਈਏ, ਜੇ ਅਸੀਂ ਸ਼ਰਾਬੀ ਹੋ ਵੀ ਜਾਈਏ, ਫਿਰ ਆਪਾਂ ਡਿੱਗਦੇ ਨਹੀਂ, ਜੇ ਡਿੱਗ ਜਾਈਏ ਫਿਰ ਆਪਾਂ ਨਾਲੀ 'ਚ ਵੀ ਡਿੱਗਦੇ, ਜੇ ਨਾਲੀ 'ਚ ਵੀ ਡਿੱਗ ਜਾਈਏ ਫਿਰ ਆਪਾਂ ਕੁੱਤੀ ਨੂੰ ਮੂੰਹ ਨਹੀਂ ਚੱਕਣ ਦਿੰਦੇ, ਜੇ ਕੁੱਤੀ ਨੂੰ ਚੱਟ ਵੀ ਲਵੇ ਫਿਰ ਆਪਾਂ ਕੋਈ ਕਹਿੰਦੇ ਵੀ ਨਹੀਂ। ਪਿਆਰ ਕਰਦੀਆਂ ਭਾਈ ਹੋਰ ਕਰ ਲੈ, ਕਿਉਂਕਿ ਸ਼ਰਾਬੀਆਂ ਦੇ ਪੈਮਾਨੇ, ਕੋਈ ਸ਼ਰਾਬੀ ਦਾ ਕੋਈ ਪੈਮਾਨਾ ਨਹੀਂ ਹੁੰਦਾ, ਸ਼ਰਾਬੀ ਦੀ ਬੰਦੇ ਦੀ ਕੋਈ ਲਿਮਿਟੇਸ਼ਨ ਨਹੀਂ ਹੁੰਦੀ, ਉਹਨੂੰ ਇੱਕੋ ਹੀ ਗੱਲ 'ਤੇ ਪਛਾਣਿਆ ਜਾ ਸਕਦਾ ਸ਼ਰਾਬੀ ਨੂੰ, ਮੇਰਾ ਜਿੰਨਾ ਕੁ ਤਜਰਬਾ ਹੈ ਕਿ ਸ਼ਰਾਬੀ ਨੂੰ ਪਛਾਣਨਾ ਹੋਵੇ ਥਰਮਾਮੀਟਰ ਸ਼ਰਾਬੀ ਦਾ ਇੱਕੋ ਹੀ ਆ, ਇੱਕੋ ਹੀ ਗੱਲ ਕਹਿੰਦਾ ਹੁੰਦਾ ਦਾਰੂ ਪੀ ਕੇ ਫੁੱਲ। ਤੁਸੀਂ ਵੀ ਦੇਖਿਓ, ਤੁਸੀਂ ਵੀ ਅੱਜ ਕਿਹੋ ਨਾ ਕਿਸੇ ਨੂੰ, ਉਹ ਇੱਕੋ ਹੀ ਗੱਲ ਕਹਿੰਦਾ ਸ਼ਰਾਬੀ ਹੋ ਕੇ, ਭਾਈ ਮੈਨੂੰ ਸ਼ਰਾਬੀ ਨਾ ਸਮਝ, ਜਦੋਂ ਕਹੇ ਨਾ ਮੈਨੂੰ ਸ਼ਰਾਬੀ ਨਾ ਸਮਝ, ਉਦੋਂ ਕੰਜਰ ਦਾ ਫਲ ਸ਼ਰਾਬੀ ਹੁੰਦੀ, ਇਹ ਥਰਮਾਮੀਟਰ। ਤੇ ਇੱਦਾਂ ਦਾ ਬਾਈ ਮੁਹੰਮਦ ਸਦੀਕ ਨੂੰ ਕਹਿੰਦਾ ਬਾਈ ਓਏ, ਕਹਿੰਦਾ ਹਾਂ, ਉਹ ਗੀਸ ਨਾਲੇ ਕਹਿੰਦਾ ਕਿਹੜਾ, ਆ ਜੀ ਰੋਡ ਵੇਜ ਦੀ ਲਾਰੀ, ਨਾ ਕੋਈ ਬਾਈ ਨਾ ਕੋਈ ਸ਼ੱਕ। ਮੁਹੰਮਦ ਸਦੀਕ ਉਹਨਾਂ ਨੂੰ ਕੀ ਕਹਿੰਦੇ, ਮੇਰਾ ਗੌਰ ਫਰਮਾਉਣਾ, ਲੈ ਪਰਮ ਸਤਿਕਾਰੀ ਉਹ ਪਹਿਲੇ ਦੇ ਭਰਾਵੋ ਮਾਲਵਾ ਕਲਚਰ ਸੈਂਟਰ ਇੱਕ ਨਵਾਂ ਬਣ ਰਿਹਾ, ਜਿਹਦੇ ਸਰਪ੍ਰਸਤ ਸਾਡੇ ਬਾਈ ਜੀ ਗੀਤ ਗੋਲੇ ਵਾਲੀ ਆ, ਸੌ ਰੁਪਇਆ ਕਰਦੇ ਆ, ਮੈਂ ਮਸ਼ਹੂਰ ਹਾਂ, ਤਹਿ ਦਿਲ ਸ਼ੁਕਰਗੁਜ਼ਾਰਾ। ਇਹਨਾਂ ਤੋਂ ਬਾਅਦ ਵਾਰੀ ਆਉਂਦੀ ਹੈ ਲਾਲ ਚੰਦ ਯਮਲਾ ਜੱਟ, ਸਰਦਾਰ ਨਰਮਲਜੀਤ ਸਿੰਘ ਜੀ ਦੂਲਾ ਸਾਹਿਬ ਬਰਾੜ ਸਾਹਿਬ, ਸੁਖਮੰਦਰ ਸਿੰਘ ਜੀ ਬਰਾੜ ਭਰਾ ਸਾਹਿਬ, ਇੰਜੀਨੀਅਰ ਗੁਰਪਾਲ ਸਿੰਘ ਜੀ ਸੰਧੂ ਭਰਾ, ਇਹ ਦੂਲਾ ਸਾਹਿਬ ਦੇ ਦੋਨੋਂ ਬ੍ਰਦਰ ਸੁਖਮੰਦਰ ਬਰਾੜ ਤੇ ਗੁਰਪਾਲ ਸੰਧੂ ਜੀ, ਤੇ ਬਹੁਤ ਸਾਰਾ ਮਾਨ ਨਿਰਮਲਜੀਤ ਸਿੰਘ ਜੀ ਬਰਾੜ ਸਾਹਿਬ ਜਿਹਨਾਂ ਦੇ ਅੱਜ ਆਪਾਂ ਖੁਸ਼ੀ 'ਚ ਸਾਰੇ ਸ਼ਰੀਕ ਹੋਏ ਹਾਂ, ਬਹੁਤ ਸਾਰਾ ਮਾਨ ਕਰਦੇ ਹਾਂ, ਥੈਂਕ ਯੂ। ਲਓ ਬਜ਼ੁਰਗ ਕਲਾਕਾਰ ਲਾਲ ਚੰਦ ਯਮਲਾ ਜੱਟ ਦੀ ਵਾਰੀ ਆਈ, ਲਾਲ ਚੰਦ ਯਮਲਾ ਜੱਟ ਰੋਡ ਵਿੱਚ ਦੀ ਲਾਰੀ ਨੂੰ ਕਿਵੇਂ ਕਹਿੰਦੇ, ਜ਼ਰਾ ਗੌਰ ਕਰੋ।
ਭੈਣਾਂ ਤੇ ਭਾਈਆਂ ਮੈਂ ਤਾਂ ਚੰਗਾ ਭਲਾ ਆਪਣੇ ਜੀ ਜਗਾਉਂਦਾ ਹੁੰਦਾ ਸੀ। ਆਹ ਮੈਨੂੰ ਸਟੇਜ ਵਾਲਿਆਂ ਨੇ ਪਤਾ ਨੀ ਕੀ ਜਾਂ ਬਗਾਨਾ ਪਾ ਕੇ ਰੱਖਦਾ ਮੈਨੂੰ ਆਹਦੇ ਰੋਡ ਦੇ ਵੀ ਲਾਰੀ ਗਈ। ਇਹ ਸਟੇਜ ਤੇ ਗਾਉਣ ਵਾਲੀਆਂ ਬੀਬੀਆਂ ਬੜੇ ਪਾਊਡਰ ਸੁਰਖੀ ਮੱਤ ਕੇ ਆਈਆਂ ਨੇ ਜਿਵੇਂ ਆਪ ਦੀ ਸਮਾਧ ਲਿਖੀ ਹੁੰਦੀ ਹੈ ਤੇ ਮੈਂ ਤਾਂ ਬੁਰੇ ਜੇ ਬੰਦੇ ਨੇ ਪੱਗ ਨੂੰ ਮਾਇਆ ਵੀ ਨਹੀਂ ਦੁਆਇਆ ਮੈਨੂੰ ਆਹਦੇ ਰੋਡ ਦੇ ਦੀ ਲਾਰੀ ਗਾਂ ਲਗਾਉਂਦਿਆਂ ਦੇਖਿਓ ਕਿਤੇ ਤੁਹਾਡੇ ਤੇ ਨਾ ਚੜੇ ਮਿਹਰਬਾਨੀ ਨਾ ਕੋਈ ਸ਼ੀਸ਼ਾ ਤੇ ਨਾ ਕੋਈ ਬੋਲੀ ਪਿਆਰੀ ਕਿਹੜੇ ਰਸਤੇ ਪੈਣੀ ਗੰਦੇ ਸੁਖ ਚਲੋ ਕਲਰਣੀ ਦੀਦੀ ਬੈਰੀ ਜਾ ਚੁੱਪ ਕਰਕੇ ਨੀ ਦੀਦੀ ਬੈਰੀ ਜਾ ਚੁੱਪ ਕਰਕੇ ਅਸੀਂ ਤਾਂ ਵੀ ਜਣੇ ਆਵੇ ਮਰ ਮਰ ਕੇ ਨੀ ਤੇਰੇ ਨਾਲ ਸਿਗਾਰਜ ਕਰਕੇ ਇੱਥੇ ਮਸਾਲਿਆਂ ਦੀ ਹੁਣ ਕਿਵੇਂ ਕਹਿ ਦੇਵਾਂ ਕਿ ਬੁਲ ਜਾਂਦੀ ਮਿਹਰਬਾਨੀ ਕਹਿੰਦੇ ਰਹੋ। ਅੱਛਾ ਆਪਾਂ ਉਹਨਾਂ ਨੂੰ ਯਾਦ ਤਾਂ ਕਰੇ ਰਹੇ ਹਾਂ ਪੰਜਾਬੀ ਗਾਇਕੀ ਦੇ ਬਾਬਾ ਬੋੜ ਬਜ਼ੁਰਗ ਲਾਲ ਚੰਦ ਚਮਲਾ ਜੀ ਸੱਜੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੁਹਾਡੀ ਸਾਡੀ ਇੱਕ ਹਾਜ਼ਰੀ ਲੱਗ ਜਾਵੇ ਉਹਨਾਂ ਨੂੰ ਯਾਦ ਦੇ ਵਿੱਚ ਹੱਥ ਖਾਲੀ ਨਹੀਂ ਨਾਲ ਨਾਲ ਤਾੜੀਆਂ ਮਾਰ ਰਹੀਆਂ ਤੇ ਮੈਂ ਇੱਕ ਉਹਨਾਂ ਦਾ ਪੈਰਾ ਸੁਣਾਵਾਂ ਤੁਹਾਨੂੰ ਤੇਰੇ ਨੀ ਕਰਾਰ ਮੈਨੂੰ ਕੱਟੇ ਤੇਰੇ ਨੀ ਕਰਾਰ ਮੈਨੂੰ ਕੱਟੇ ਦੱਸ ਮੈਂ ਕੀ ਪਿਆਰ ਵਿੱਚੋਂ ਕੱਟਿਆ ਆਸ਼ਕਾਂ ਦਾ ਕੰਮ ਹੁੰਦਾ ਲੱਗੀਆਂ ਜਿਹੜਾ ਨਾ ਨਿਭਾਵੇ ਉਹਨੂੰ ਮੀਣਾ ਹੀ ਜਵਾਨ ਦਾ ਮੈਨੂੰ ਵੇਖ ਕੌਮਾਂ ਦੌਰ ਤੇਰਾ ਚੱਲ ਗਿਆ ਯੋਰ ਮੈਨੂੰ ਯੋ ਬਲਾ ਗਣਾ ਕੇ ਪਰਾ ਸੱਜਿਆ ਤੇਰੇ ਨੀ ਤੇਰਾ ਲਾ ਮੈਂ ਕਸਮੇ ਕੀ ਪਿਆਰ ਵਿੱਚੋਂ ਕੱਟਿਆ ਤੇਰੇ ਨੀ ਕਰਾਰਾ ਮੈਨੂੰ ਕੱਟਿਆ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ ਜੇ ਤੂੰ ਅਲੜ ਪਾਣੇ ਵਿੱਚ ਨਾਈਆਂ ਲੈਣ ਬਾਵੀ ਮੈਂ ਤੇਰੀ ਤੂੰ ਮੇਰੀ ਛੱਡਣਾ ਜਾਵੀ ਵੇ ਮੇਰੇ ਜਵਾਲੜ ਪਾਣੇ ਵਿੱਚ ਨਾਈਆਂ ਦੌੜ ਦੀ ਮੁਹੀਂ ਮੈਂ ਤੇਰੀ ਤੂੰ ਮਿਹਰਬਾਨੀ ਜੀ ਬਹੁਤ ਸਾਰਾ ਮਾਨ ਸਰਪੰਚ ਸਾਹਿਬ
ਦੁਲਹਨ ਸਾਹਿਬਾ ਦੇ ਲੜਕੀ ਦੇ ਪਿਤਾ ਜੀ 200 ਰੁਪਇਆ ਕਲਦੇ ਉਸਨੇ ਮਸ਼ਹੂਰ ਆ ਮੰਨੋ ਨਾ ਬਹੁਤ ਬਹੁਤ ਮਿਹਰਬਾਨੀ ਪੱਤੀ ਬਰਾੜ ਜੀ ਬਹੁਤ ਸਾਰਾ ਮਾਣ ਕਰਦੇ ਮੈਂ ਮਸ਼ਹੂਰ ਆ ਤੇ ਦਿਲ ਸ਼ੁਕਰਗੁਜ਼ਾਰ ਹਾਂ ਲਓ ਸਭ ਤੋਂ ਬਾਅਦ ਵਾਰੀ ਆਉਂਦੀ ਹੈ ਬਾਬੇ ਗੁਰਦਾਸ ਮਾਨ ਦੀ ਤੇ ਗੁਰਦਾਸ ਮਾਨ ਲੋੜ ਲਈ ਦੀ ਲੜ ਨੂੰ ਕਿਵੇਂ ਕਹੋਗੇ ਫਿਰ ਗੌਰ ਕਰਵਾਉਣਾ ਗੁਰਦਾਸ ਮਾਨ ਨਗਰ ਤੋਂ ਬਾਈ ਕਾਕੂ ਜੀ ਬਹੁਤ ਸਾਰਾ ਨਾਮ ਕਰਦੇ ਆ ਗੰਗਾਨਗਰ ਤੋਂ ਬਾਈ ਕਾਕੂ ਜੀ ਬਹੁਤ ਸਾਰਾ ਮਾਣ ਕਰਦੇ ਆ ਗੰਗਾਨਗਰ ਤੋਂ ਬਾਈ ਕਾਕੂ ਹੋਰੀ ਬਹੁਤ ਸਾਰਾ ਮਾਣ ਕਰਦੇ ਆ ਇੱਕ 13 ਲੱਖ ਵਾਰ ਗਿਆ ਦੂਜਾ ਮੁੜ ਕੇ ਜੇ ਵੀ ਬਣ ਸਰਪੰਚ ਸਾਹਿਬ ਦੇ ਭਰਾ ਬਿੱਟੂ ਜੀ ਸਾਂਝੇ ਵਾਲ ਤੋਂ ਬਹੁਤ ਸਾਰਾ ਮਾਣ ਕਰਦੇ ਉਹਨਾਂ ਦੇ ਨਾਮ ਵੀ ਮੈਂ ਮਸ਼ਹੂਰ ਹਾਂ ਮੰਨੋ ਨਾ ਥੈਂਕ ਯੂ ਲਓ ਗੁਰਦਾਸ ਮਾਨ ਰੋਡ ਦੇ ਖਿਲਾੜੀ ਮੇਰੇ ਮਿਹਰਬਾਨ ਦੋਸਤੋ ਮੈਂ ਆਪ ਸਭ ਸੂਝਵਾਨ ਸੋਚਣ ਦਾ ਤਹਿ ਦਿਲ ਸ਼ੁਕਰਗੁਜ਼ਾਰ ਕਿ ਤੁਸੀਂ ਮਾਣੇ ਜੇ ਮਾਨ ਨੂੰ ਮਾਣ ਬਖਸ਼ਿਆ ਤੇ ਮੇਰੀ ਵੀ ਤੁਹਾਡੇ ਲਈ ਸਭ ਲਈ ਇਹੋ ਦੁਆ ਹੈ ਕਿ ਜਿਹੜਾ ਅੱਜ ਤੱਕ ਹੋਇਆ ਨਾ ਹੋਵੇ ਮੈਂ ਐਸਾ ਤੁਹਾਨੂੰ ਪਿਆਰ ਦਿਆਂ ਤੇ ਮੇਰੀ ਉਮਰ 1000 ਸਾਲ ਹੋਵੇ ਤੇ ਬਾਬਿਓ ਹਰ ਸਾਲ ਤੁਹਾਡੇ ਤੋਂ ਵਾਰਦੇ ਆ ਗੱਲ ਇਹ ਆ ਵੀ ਜਦੋਂ ਪੰਜਾਬ ਦੇ ਵਿੱਚ ਰੋਡ ਲਈ ਦੀ ਲਾਰੀ ਬਿਨਾਂ ਬੂਹੇ ਬਾਰੀਆਂ ਤੋਂ ਭੱਜੀ ਫਿਰਦੀ ਹੈ ਤਾਂ ਹਰ ਦਿਲ ਚੋਂ ਆਵਾਜ਼ ਨਿਕਲਦੀ ਹੈ ਮੈਨੂੰ ਮਾ ਜਾਨ ਕਦਮਾਂ ਵਿੱਚ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਤਾਰੀ ਦੌੜ ਬੀਬੀਆਂ ਲਾਰੀਆਂ ਤੂਹੇ ਨਾ ਬਾਰੀਆਂ ਦੌੜ ਬੀਬੀਆਂ ਲਾਰੀਆਂ ਤੂਹੇ ਨਾ ਬਾਰੀਆਂ ਸਵਾਰੀਆਂ ਕਰਮਾਂ ਨੂੰ ਮਾਰੀਆਂ ਰੋਡ ਵਿੱਚ ਜਾਊਂਗੀ ਮੈਂ ਟਿਕਟ ਕਟਾਊਂਗੀ ਮੈਂ ਸੀਟ ਤੇ ਬੈਠ ਕੇ ਲੀੜੇ ਪੜਾਉਂਗੀ ਨੀ ਐਡੇ ਪਿਆਰ ਨਾਲ ਖੋਲੀ ਸੀ ਮੈਂ ਬਾਰੀ ਹੈ ਐਡੇ ਪਿਆਰ ਨਾਲ ਖੋਲੀ ਸੀ ਮੈਂ ਬਾਰੀ ਐਡੇ ਪਿਆਰ ਨਾਲ ਖੋਲੀ ਸੀ ਮੈਂ ਬਾਰੀ ਟੁੱਟ ਕੇ ਤੜਕ ਕਰੀ ਟੁੱਟ ਕੇ ਤੜਕ ਟੁੱਟ ਕੇ
ਤੇਰਾ ਨਾਮ ਭੁੱਲ ਗਈ ਮੈਂ ਤੇਰਾ ਨਾਮ ਤਾਂ 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 ਤਾ